ਸਾਡਾ ਦਿਲ ਕਰਨ ਰਿਹਾ ਵਾ ਖੁਸ਼ੀ ਦੇ ਨਾਲ ਹੀ ਪਾਕਿਸਤਾਨ ਜਿੱਤੇਗਾ ਤੇ ਇਨਸ਼ਾਅੱਲਾ ਇਹ ਕੁਰਬਾਨ ਕਰ ਦਿੱਤਾ ਜਾਏਗਾ ਔਰ ਦੋਸਤਾਂ ਨੂੰ ਇਹਦੀ ਪਾਰਟੀ ਵੀ ਦਿੱਤੀ ਜਾਏਗੀ ਔਰ ਜਿਹੜਾ ਪਲੇਅਰ 100 ਤੋਂ ਜ਼ਿਆਦਾ ਰਨ ਬਣਾਏਗਾ ਉਹਨੂੰ ਕੱਟਾ ਗਿਫਟ ਵੀ ਕੀਤਾ ਜਾਏਗਾ ਅੱਛਾ ਇੱਕ ਕੱਟਾ ਗਿਫਟ ਦਿੱਤਾ ਜਾਏਗਾ ਤੇ ਦੂਸਰਾ ਇਨਾਮ ਵੀ ਦਿੱਤਾ ਜਾਏਗਾ ਲੇਕਿਨ ਇਹਨੂੰ ਕੱਟੇ ਨੂੰ ਖਾਣਗੇ ਕੌਣ ਹੈ ਮਤਲਬ ਇੰਨਾ ਗੋਸ਼ ਨਿਕਲਣਾ ਖਾਣਗੇ ਕੌਣ ਸਾਡੇ ਦੋਸਤ ਸਹਬਾਬ ਅਜ਼ੀਜ਼ ਰਿਸ਼ਤੇਦਾਰ ਮੱਲੇਦਾਰ ਜੋਸ਼ੂਲ ਜਜ਼ਬੇ ਵਾਲੇ ਪਾਕਿਸਤਾਨੀ ਖਾਣਗੇ ਅੱਛਾ ਅਗਰ ਇੰਡੀਆ ਦੀ ਟੀਮ ਕਵੇ ਸੀ ਹਰੇ ਇਕੱਟਾ ਖਾਣਾ ਵਾ ਉਹਨਾਂ ਨੂੰ ਵੀ ਖੁੱਲੀ ਦਾਵਤ ਆਏ ਪਾਕਿਸਤਾਨ ਦਾ ਦਿਲ ਵੱਡਾ ਵਾ ਖੁੱਲੀ ਦਾਵਤ ਹਰ ਇੱਕ ਨੂੰ ਵਿਰਾਟ ਕੋਹਲੀ ਲਈ ਕੀ ਕਹੋਗੇ ਜੀ ਵਿਰਾਟ ਕੋਹਲੀ ਦੀ ਤਿਹਾਰ ਪੱਕੀ ਉਹਨੂੰ ਸ਼ਰਮਿੰਦਾ ਹੋ ਕੇ ਵਹੇ ਘਰ ਬਹਿ ਜਾਣਾ ਚਾਹੀਦਾ ਵਾ ਹੁਣ ਪਾਕਿਸਤਾਨ ਜਿੰਦਾਬਾਦ ਆ ਸਾਡਾ ਮੁਲਕ ਜਿੰਦਾਬਾਦ ਆ ਅੱਛਾ ਅਗਰ ਬਾਬਰ ਆਜ਼ਮ 100 ਕਰਦੇ ਨੇ ਰੰਜ਼ ਉਹਨਾਂ ਲਈ ਕੀ ਐਲਾਨ ਆ ਉਹ ਵੀ ਇਹਦੇ ਸਪੈਸ਼ਲ ਇੱਕ ਟੱਗਾ ਕੀ ਇਹਦੇ ਨਾਲ ਦੇ ਦੋ ਤਿੰਨ ਕਟੇ ਆ ਸਮਝ ਲਓ ਕਿ ਵੀ ਪਿਆਰ ਮੁਹੱਬਤ ਨਾਲ ਹੀ ਗਿਫਟ ਆ ਉਹਨਾਂ ਦੇ सजा दिया गया है कट्टे को और आप देख सकते हैं कि किस तरीके से जो है पाकिस्तानी परचम जो है उसके ऊपर लगाया गया है और कट्टे के साथ कट्टा पाकिस्तान की टीम के लिए महसूस कर दिया गया है कि अब ये कट्टा जो है वो पाकिस्तान की जीत के बाद कुर्बान होगा और इसका गोश्त दोस्त अहबाब और इंडिया की टीम के लिए भी है खुली दावा अफसोस करा खान जिदा मर्जी जीन ਕਟਾ ਤੁਹਾਨੂੰ ਲੱਭੂਗੇ ਨਹੀਂ ਸਾਨੂੰ ਸਾਨੂੰ ਨਾਂ ਵੀ ਲੱਭੇ ਸਾਡੀ ਖੁਸ਼ੀ ਆ ਇਹ ਖੁਸ਼ੀ ਨਾਲ ਹੀ ਕੁਰਬਾਨ ਕਰ ਦੇਣਾ ਅਸੀਂ ਸਾਨੂੰ ਨਾਂ ਵੀ ਹੋਵੇ ਸਾਰੇ ਦੋਸਤਾਂ ਬਾਬਾ ਨੂੰ ਇਹਦੀ ਅੱਛਾ ਇਹਦੇ ਵਿੱਚ ਪ੍ਰੋਬਲਮ ਆ ਅਗਰ ਦੋ ਤਿੰਨ ਪਲੇਅਰ ਰズਵਾਨ ਜਾਂ ਬਾਬਰ ਜਾਂ ਕੋਈ 100 100 ਕਰ ਗਏ ਤਿੰਨ ਤਿੰਨ ਕਟੇ ਕਿੱਥੋਂ ਲਿਆਓ ਤਿੰਨ ਕਟੇ ਹੀ ਦੇ ਦੇਾਂਗੇ ਕਟੇ ਮਾਸ਼ਾਅੱਲਾ ਆਪਣੇ ਕੋਲ ਬਹੁਤ ਆ ਕਟੇ ਵੀ ਦੇਾਂਗੇ ਉਹਨਾਂ ਨੂੰ ਗਿਫਟ ਦੇਾਂਗੇ ਸਪੈਸ਼ਲੀ ਪਰ ਖੇਲਣ ਜੋਸ਼ੋ ਜਜ਼ਬੇ ਨਾਲ ਪਾਕਿਸਤਾਨ ਨਾਲ ਪਿਆਰ ਦੇ ਨਾਲ ਚਲੋ ਪਾਕਿਸਤਾਨ ਲਈ ਇੱਕ ਨਾਰਾ ਲਾ ਦਿਓ ਤੇ पाकिस्तान जिंदाबाद जी बिल्कुल पाकिस्तान जिंदाबाद का जो है वो नारा लगाया गया इसमें आपको फिर एक दफा दिखा दूं ये कट्टे को बिल्कुल तौर पर झंडा लगाकर तैयार कर लिया गया है और इसका जो है वो कह दिया गया भी है एक मिनट हाँ गाल जी ਕੀ ਕਰਨ ਮਿਸਾਲ ਤੇ ਤੁਸੀਂ ਕਹਿੰਦੇ ਆ ਕਿ ਵੀ ਪਾਕਿਸਤਾਨ ਜਿੱਤਣ ਦੀ ਖੁਸ਼ੀ ਚਾਹੀ ਕੱਟੇ ਵੀ ਨਾ ਕਰੀਏ ਹੁਣ ਨਹੀਂ ਨਹੀਂ ਕੱਟੇ ਕਰੋ ਜੀ ਕਰੋ ਕਰੋ ਕੱਟੇ ਗਿਫਟ ਵੀ ਕਰਾਂਗੇ ਇਨਸ਼ਾਅੱਲਾ ਇਹ ਦੇਖਣਗੇ ਲੋਕ ਤੇ ਅਗਰ ਮੈਚ ਅੱਲਾ ਨਾ ਕਰੇ ਯਾਰ ਮਤਲਬ ਅੱਲਾ ਨਾ ਕਰੇ ਅਗਰ ਪਾਕਿਸਤਾਨ ਮੈਚ ਹਾਰ ਗਿਆ ਫਿਰ ਕਰਨਾ ਕਰ ਫਿਰ ਇਹਨੂੰ ਵੇਚ ਕੇ ਬਿੱਲ ਤਾਰ ਦਾਂਗੇ ਬਿਜਲੀ ਦਾ ਹੋਰ ਇਹ ਹੀ ਆ ਅੱਛਾ ਅੱਜ ਕੱਲ੍ਹ ਹਾਲਾਤ ਬਿਜਲੀ ਦੇ ਜਿਹੜੇ ਨਾ ਬਹੁਤ ਮਾੜੇ ਹਰ ਬੰਦਾ ਦਾ ਇਸ ਚੀਜ਼ ਤੋਂ ਆਦਾਰੀ ਆ अगर पाकिस्तान की टीम अल्लाह ना करे हारे वैसे तो पाकिस्तान के साथ तो इसका जो है वो बिल अदा कर दिया जाएगा लेकिन कट्ठे को जो है वो मखसूस तरीके से सजा दिया गया है और अब कल जो है वो तगड़ा मुकाबला होगा और तगड़े मुकाबले के लिए तमाम तर पाकिस्तान के लोग पुरजोश हैं और उनका ये कहना है कि पाकिस्तान इंडिया को इंडिया की जगह में जो है वो मुश्कस देने के बाद पाकिस्तान का झंडा जो है वो लहराएगा और पाकिस्तान जो है वो एशिया कप जो है वो जीतेगा पाकिस्तान जिंदाबाद